ਅੱਜ ਕਿਦਰ ਸਾਰੇ ਸਾਰਾ ਸਤਿ ਸ਼੍ਰੀਕਾਲ ਜੀ ਤੇ ਮੈਂ ਕੱਲ ਰਾਤੀ ਕਿਹਾ ਸੀਗਾ ਉਹ ਪਾਣਾ ਭਰਤ ਚੱਲਿਆ ਸੀ ਮੈਂ ਜਾਦੂ ਮੰਤਰ ਮਾਰਿਆ ਸੀ ਸਭ ਨੂੰ ਪਤਾ ਵੀ ਰੱਬਾ ਬਾਦਲ ਨੂੰ ਚੱਕ ਲਾ ਤੇ ਚੱਕ ਲਿਆ ਹਸਪੀਟਲ ਭਰਤੀ ਆ ਜੀ ਤੇ ਹੋਰ ਦਿਖਾਉਣਾ ਜੀ ਮੈਂ ਕਿਹਾ ਸੀ ਮੁੰਡਾ ਮੁਸਲਮਾਨ ਹੋਇਆ ਜਿਹੜਾ ਆਪਣਾ ਜੁਆਈ ਚ ਉਹਦਾ ਵੀ ਦਿਖਾਉਨੇ ਆ ਕਿਉਂ ਹੋਇਆ ਸੀਗਾ ਤੇ ਉਸ 'ਚ ਮੈਂ ਉਸ ਨੂੰ ਕੁਛ ਮਾੜਾ ਚੰਗਾ ਨਹੀਂ ਸਿੱਖਿਆ ਤੇ ਭੀਮਰਾਓ ਜੀ ਦਾ ਵੀ ਕਾਥਿਆ ਸਾਰੇ ਪਾਸੇ ਸ਼ੇਅਰ ਕਰੋ ਚਲਦੀ ਚਲਦੀ ਮਿੱਤਰੋ ਮੈਂ ਕੋਈ ਬਾਬਾ ਨਹੀਂਗਾ ਮੈਂ ਕੋਈ ਰੱਬ ਨਹੀਂਗਾ ਪਰ ਮੈਨੂੰ ਕਿੱਥੋਂ ਪਤਾ ਲੱਗਦੀਆਂ ਸਾਰੀਆਂ ਗੱਲਾਂ ਬਈ ਮੈਂ ਇਕੱਲੇ ਹੀ ਬਾਦਲ ਹਸਪਤਾਲ ਕੋ ਜਾਣ ਤੋਂ ਪਹਿਲਾਂ ਹੀ ਮੈਂ ਕਹਤਾ ਸੀ ਰੱਬਾ ਚੱਕਲਾ ਜਿਨ੍ਹਾਂ ਨੇ ਨਹੀਂ ਸੁਣਿਆ ਤੁਹਾਨੂੰ ਸੁਣਾ ਦਿੰਦਾ ਆ ਮੈਨੂੰ ਕਿੱਦਾਂ ਚੀਜ਼ਾਂ ਪਤਾ ਲੱਗਦੀਆਂ ਤੁਹਾਨੂੰ ਸਾਂਝੀ ਕਰਦਾ ਆ ਮੈਂ ਹੈਗਾ ਫਕਰਵੰਦਾ ਤੇ ਸ਼ੇਅਰ ਕਰ ਦਿਓ ਆ ਜੀ ਮੈਂ ਵੀ ਚਲਦੀ ਚਲਦੀ ਇੱਕ ਸਕਿੰਟ ਤੁਹਾਨੂੰ ਦਿਖਾਉਣੇ ਜੀ ਮੁੰਡਾ ਜਿਹੜਾ ਮੁਸਲਮਾਨ ਹੋਇਆ ਸੀਗਾ ਉਸਦੀ ਵੀ ਆਈ ਗੱਲਬਾਤ ਸਾਹਮਣੇ ਤੇ ਉਹਨਾਂ ਨੇ ਕਿਹਾ ਆ ਜੀ ਪਹਿਲਾਂ ਇੱਕ ਸਕਿੰਟਾ ਕਲਿੱਪ ਸੁ ਫਿਰ ਗਾਂ ਗੱਲਾਂ ਸ਼ੁਰੂ ਕਰਦੇ ਆ ਆ ਸੁਣਿਓ ਜਰਾ ਅਜੀ ਰਾਤੀ ਕਹਿ ਕੇ ਹਟਿਆ ਮੈਂ 35 ਸਾਲ ਦੀ ਆ ਸਾਡੇ ਆ ਤਾਂ ਬਾਦਲ ਨੂੰ 10 ਜਣੇ ਤਾਂ ਚੱਕਣ ਲਈ ਚਾਹੀਦੇ ਆ ਪਰ ਅੱਪਾ ਤੂੰ ਮੈਂ ਕਹਿੰਦਾ ਤੂੰ ਹੀ ਚੱਕ ਲੈ ਮੈਂ ਤੈਨੂੰ ਬੰਦਲਾਂ ਨੇ ਟੱਕ ਲਿਆ ਬਾਦਲ ਨੂੰ ਚੱਕ ਦੂ ਪਹਿਲਾਂ ਮੈਂ ਕੋਣ ਮੰਤਰ ਮਾਰਨੀ ਬਾਦਲ ਨੂੰ ਚੁਕਾ ਦਈਏ ਫੇ ਐਸੇ ਸਾਲ ਆ ਨੋ ਅੱਪਾ 35 ਸਾਲ ਦੀ ਆ ਲਓ ਜੀ ਫਿਰ ਚੁਕਾਤ ਚੱਕ ਨਹੀਂ ਬਾਦਲ ਫਿਰ ਪਚਾਤ ਤੱਕ ਨਹੀਂ ਹਸਪਤਾਲ ਅਜੇ ਰਾਤੀ ਮੰਤਰ ਮਾਰਿਆ ਥੋੜਾ ਮੰਤਰ ਮਾਰਿਆ ਸੀਗਾ ਦਸ ਦਫਰ ਕਰਦੀ ਇਹ ਪੂਰਾ ਮੰਤਰ ਨਾਲ ਹੀ ਆ ਗਿਆ ਜੀ ਬਦਲ ਨੂੰ ਕਰੋਨਾ ਹਾਲਤ ਗੰਭੀਰ ਹਸਪਤਾਲ ਚ ਦਾਖਲ ਦੇਖ ਲਓ ਫਿਰ ਐਵੇਂ ਨਹੀਂ ਫਿਰ ਇੰਦਰਜੀਤ ਸਿੰਘ ਮੁੰਡਾ ਡੱਬਿਆਂ ਦਾ ਪਿੰਡ ਨਰੂੜ ਵਾਲਾ ਸੋ ਮੈਂ ਮੈਨੂੰ ਕਿੱਥੋਂ ਗੱਲਾਂ ਪਤਾ ਲੱਗਦੀਆਂ ਮੈਂ ਇਦਾਂ ਵੀ ਕਿਹਾ ਵੀ ਹੋ ਸਕਦਾ ਕਾਲੀ ਭਾਜਪਾਦੀ ਵੀ ਸਰਕਾਰ ਆ ਸਕਦੀ ਜਿਹੜੀ ਰਾਜਨੀਤੀ ਬਹੁਤ ਗੰਦੀ ਚੀਜ਼ ਆ ਜਿਹੜਾ ਸੁਖਵੀਰ ਬਾਦਲਿਆ ਇਹ ਜਿੱਤਣ ਲਈ ਆਪਣੇ ਪੇਉ ਨੂੰ ਵੀ ਮਰਵਾ ਸਕਦਾ ਇਹ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਗੱਲ ਅਜੀਬ ਲੱਗੇ ਪਰ ਇਹ ਰਾਜਨੀਤੀ ਤੁਸੀਂ ਫਿਲਮਾਂ 'ਚ ਵੀ ਦੇਖੀਆਂ ਹੋਣੀਆਂ ਇਦਾਂ ਦੀਆਂ ਚੀਜ਼ਾਂ ਸੋ ਕਹਿੰਦਾ ਹੁਣ ਹੋ ਗਿਆ 100 ਸਾਲ ਦਾ ਚਕਾਦੋ ਬੁੜੇ ਨੂੰ ਮੁੱਖ ਮੰਤਰੀ ਦਾ ਬਣੀਏ ਇਹ ਹੋ ਸਕਦਾ ਇਦਾਂ ਸੋ ਇਹ 'ਚ ਕੋਈ ਡਾਊਟ ਨਹੀਂਗਾ ਤੁਹਾਨੂੰ ਸ਼ੱਕ ਹੋ ਸਕਦਾ ਪਰ ਜਦੋਂ ਰਾਜਨੀਤੀ ਜਦੋਂ ਤੁਸੀਂ ਡੀਪਲੀ ਰਾਜਨੀਤੀ ਦੇ ਜਾਣਦੇ ਆ ਸੋ ਬਾਦਲ ਨੂੰ ਕੁਦਰਤਾਂ ਨੂੰ ਮਾਰਨਾ ਜਾਂ ਸੁਖਵੀਰ ਨੇ ਆ ਵੀ ਮਰਵਾ ਦੇਣਾ ਵੀ ਕੁਝ ਵੀ ਕਰਕੇ ਇਹ ਹੋ ਸਕਦਾ ਹੈ ਨਾ ਚਰਾਤੀ ਨੇ ਕਿਹਾ ਨਾ ਵੀ ਰੱਬਾ ਚੱਕਲਾ ਬਦਲ ਨੂੰ ਮੰਤਰ ਮਾਰਿਆ ਉਹ ਥੋੜਾ ਛੋਟਾ ਮੰਤਰ ਮਾਰਿਆ ਸੀਗਾ ਹੁਣ ਵੱਡਾ ਮੰਤਰ ਮਾਰਦੇ ਉਹ ਟ੍ਰੇਲਰ ਦਿਖਾਇਆ ਸੀ ਫਿਲਮ ਤੁਹਾਨੂੰ ਪੂਰੀ ਦਿਖਾਉਨੇ ਆ ਫਿਰ ਠਹਿਰ ਜਾਓ ਤੇ ਸ਼ੇਅਰ ਕਰਿਓ ਸਾਰੇ ਪਾਸੇ ਤੇ ਹਾਂਜੀ ਇਹ ਵੀਰ ਭਰਾ ਬਣਿਆ ਸੀ ਮੁਸਲਿਮ ਜੁਆਈ ਚ ਮੈਂ ਵੀਡੀਓ ਪਾਈ ਸੀ ਮੈਂ ਵੀਡੀਓ 20 ਮਿੰਟ ਪਿੱਛੇ ਡਿਲੀਟ ਕਰਤੀ ਸੀ ਮੈਂ ਵੀਡੀਓ ਚ ਇਸ ਨੂੰ ਕੋਈ ਗਾਲਾਂ ਨਹੀਂ ਦਿੱਤੀਆਂ ਕੋਈ ਮਾੜਾ ਚੰਗਾ ਨਹੀਂ ਕਿਹਾ ਮੈਂ ਕਿਹਾ ਉਹਦੀ ਸੋਚ ਆ ਜੋ ਵੀ ਆ ਹਨਾ ਕਈ ਆਪਣੇ ਭਰਾ ਨੈਟ ਤੇ ਮੈਂ ਦੇਖੇ ਮਾੜਾ ਚੰਗਾ ਕਹਿੰਦੇ ਕਿਉਂਕਿ ਜਦੋਂ ਤੱਕ ਮੈਂ ਨਹੀਂ ਸਿੱਖੀ ਜੀ ਸੰਪੂਰਨ ਮੈਂ ਕਿਸੇ ਤੇ ਕਿੱਦਾਂ ਕਿੰਤੂ ਪ੍ਰੰਤੂ ਕਰਦਾਂ ਹਨਾ ਸਭ ਨੇ ਵੀਡੀਓ ਦੇਖੀ ਹੋਣੀ ਮੈਂ ਡਿਲੀਟ ਕਿਉਂ ਕੀਤੀ ਸੀ ਡਿਲੀਟ ਤਾਂ ਕੀਤੀ ਸੀ ਮੈਂ ਹੁੰਦੀਆਂ ਨਾ ਅੱਖਾਂ ਆਤਮਾ ਦਾ ਦੁਆਰ ਹੁੰਦੀਆਂ ਮੈਂ ਅੱਖਾਂ ਤੋਂ ਹੀ ਬੰਦੇ ਦੀ ਸਟੱਡੀ ਹੋ ਜਾਂਦੀ ਆ ਸੋ ਜਿਹੜੇ ਅੱਖਾਂ ਪੜ ਲੈਂਦੇ ਇਹ ਮੁੰਡੇ ਦੀ ਅੱਖਾਂ 'ਚ ਮੈਨੂੰ ਦਿਸਿਆ ਸੀ ਡਰ ਸੋ ਮੈਂ 20 ਮਿੰਟ ਪਿੱਛੋਂ ਵੀਡੀਓ ਡਿਲੀਟ ਕਰਤੀ ਸੀ ਵੀ ਇਹ ਡਰ ਹੈ ਇਹਦੀਆਂ ਅੱਖਾਂ 'ਚ ਕੁਝ ਤਾਂ ਰੋਂਗ ਹੈ ਹਾਂਜੀ ਤੇ ਹੁਣ ਇੱਕ ਵੀਡੀਓ ਆ ਗਈ ਆ ਜੀ ਸਾਹਮਣੇ ਮੈਂ ਤਾਂ ਡਿਲੀਟ ਕਰਤੀ ਸੀ ਹੋਰ ਬਹੁਤ ਪੇਜਾਂ ਵਾਲਿਆਂ ਨੇ ਭਰਾਵਾਂ ਨੇ ਹੈ ਨਾ ਕਿਉਂਕਿ ਸਾਨੂੰ ਵਿਊ ਲੈਣ ਲਈ ਇਦਾਂ ਦੀਆਂ ਚੀਜ਼ਾਂ ਦੀ ਲੋੜ ਨਹੀਂ ਆਪਣੀ ਹੋਰ ਇੱਕ ਕੰਟੈਂਟ ਬਥੇਰਾ ਹਾਂਜੀ ਤੇ ਹੁਣ ਆਪਣੇ ਵੀਰ ਨੇ ਜੁਏਜੀ ਤੋਂ ਵੀਡੀਓ ਪਾਈ ਆ ਭਰਾ ਨੇ ਤੇ ਵੀਰ ਨੇ ਆਪਣਾ ਨਾਮ ਵੀ ਮੈਂਸ਼ਨ ਕੀਤਾ ਹਾਂਜੀ ਵੀਰ ਜੀ ਥੈਂਕ ਯੂ ਜੋ ਵੀ ਆ ਤੇ ਇਹ ਵੀਰ ਭਰਾ ਦੇਖੋ ਹੁਣ ਮੁਸਲਮ ਧਰਮ ਅਪਣਾਉਣ ਤੋਂ ਬਾਅਦ ਫਿਰ ਦਸਤਾਰ ਸਜਾ ਕੇ ਬੈਠਾ ਸੋ ਸਟੋਰੀ ਤੁਹਾਨੂੰ ਤੇ ਤੇ ਦੱਸ ਦਵਾ ਜੀ ਇਹਨਾਂ ਨੇ ਕਿਹਾ ਕੀ ਆ ਜੋ ਵੀ ਸੱਚ ਆ ਝੂਠ ਆ ਮਤਲਬ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਬਾਈ ਨੇ ਕਿਹਾ ਵੀ ਥੋੜਾ ਮੰਟਲੀ ਅਫਸਰ ਰਹਿਦਾ ਸੀ ਨੀਂਦ ਨਹੀਂ ਸੀ ਆਉਂਦੀ ਇੰਡੀਆ ਸੀ ਮੌਲਵੀ ਕੋ ਗਿਆ ਸੀ ਉਹਨੂੰ ਇਹ ਧਾਗਾ ਬੰਨਿਆ ਸੀਗਾ ਨੀਂਦ ਆਉਣ ਲੱਪੇ ਸੀ ਇੱਥੇ ਹੁਣ ਨੀਂਦ ਆਉਣੋਂ हट ਗਈ ਸੀ ਜੁਏ ਚ ਦੋ ਉੱਥੇ ਗਿਆ ਮਹਾਜੇ ਚ ਗਿਆ ਤੇ ਉਹਨਾਂ ਨੇ ਪਤਾ ਨਹੀਂ ਉਹਨੂੰ ਲੱਗਿਆ ਵੀ ਭਾਸ਼ਾ ਕਿਹੜੀ ਬੋਲਦੇ ਤਾ ਤੇ ਉਹਨਾਂ ਨੇ ਦੀ ਦਸਤਾਰ ਲਾ ਕੇ ਟੋਪੀ ਪੁਆਤੀ ਤੇ ਕਹਿਤਾ ਤੂੰ ਮੁਸਲਮਾਨ ਐ ਸੋ ਇਹਨੂੰ ਪਤਾ ਨਹੀਂ ਲੱਗਿਆ ਜੋ ਵੀ ਆ ਹਨਾ ਹੁਣ ਸਟੋਰੀ ਸੱਚੀ ਐ ਜਾਂ ਝੂਠੀ ਮੈਂ ਨਹੀਂ ਕਿੰਤੂ ਪਰੰਤੂ ਕਰ ਸਕਦਾ ਪਰ ਉਹੀ ਗੱਲ ਆ ਸ਼ਾਮ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਠੀਕ ਐ ਸੋ ਵੀਰ ਮੇਰੇ ਜਿਹੜੇ ਵੀ ਜੁਆ ਹੀ ਰਹਿੰਦੇ ਜਾਂ ਕਿਤੇ ਵੀ ਰਹਿੰਦੇ ਆ ਸੋ ਮੈਂ ਉਸ ਲਈ ਵੀਡੀਓ ਤੋਂ ਥੋੜਾ ਜਿਹਾ ਆਈਡੀਆ ਹੋ ਗਿਆ ਸੀ ਵੀ ਵੀਰ ਦਾ ਸਮਥਿੰਗ ਰੋਂ ਗਿਆ ਹਨਾ ਮੈਂਟਲੀ ਹਨਾ ਡਿਸਟਰਬ ਹੋਇਆ ਮਾੜਾ ਮੋਟਾ ਹਨਾ ਟੈਨਸ਼ਨ ਚ ਆ ਸੋ ਜੇ ਕਿਸੇ ਵੀਰ ਭਰਾ ਨੂੰ ਵੀਰ ਭਰਾ ਜੁਆ ਹੀ ਚ ਮਿਲਦਾ ਜਾਂ ਕਿਤੇ ਵੀ ਸੋ ਕੋਈ ਮਤਲਬ ਕੁਝ ਮਾੜੇ ਚੰਗੇ ਬੋਲਣਾ ਬ ਕਰਿਓ ਨਾ ਸੋ ਸਗੋਂ ਪਿਆਰ ਨਾਲ ਸਮਝਾਇਓ ਹਨਾ ਸੋ ਹਨਾ ਇਹੀ ਰਿਕੁਐਸਟ ਕਰ ਸਕਦਾ ਮੈਂ ਹਨਾ ਮੇਰੀ ਵੀਡੀਓ ਜਿਹੜੀ ਮੈਂ ਡਿਲੀਟ ਵੀ ਕਰਤੀ ਸੀ ਉੱਚ ਵੀ ਨਹੀਂ ਸੀ ਮੈਂ ਇਹਨੂੰ ਮਾੜਾ ਚੰਗਾ ਕੁਝ ਵੀ ਕਿਹਾ ਭਾਵੇਂ ਉਹ ਵੀਡੀਓ ਕਈਆਂ ਨੇ ਸੇਵ ਕਰਕੇ ਟਿਕਟੋਕ ਤੇ ਵੀ ਪਾਈ ਉਹ ਭਾਵੇਂ ਸੋਣ ਲਿਓ ਹਨਾ ਕਿਉਂਕਿ ਮੈਨੂੰ ਆਈਡੀਆ ਜਿਆ ਹੋ ਗਿਆ ਸੀ ਵੀ ਕੁਝ ਰੋਂਗ ਆ ਸੋ ਵੀਰ ਨੇ ਹੁਣ ਟਿਕਟੋਕ ਦੇ ਵੀਡੀਓ ਪਾਈ ਆ ਮੇਰਾ ਨਾਮ ਵੀ ਲਿਆ ਆ ਵੀ ਹਿੰਦੀ ਭਾਜੀ ਨੇ ਵੀ ਵੀਡੀਓ ਪਾਈ ਸੀ ਵੀ ਮੁਸਲਿਮ ਹੋ ਗਿਆ ਆ ਸੋ ਦੇਖੋ ਜੀ ਇਹ ਮੁੰਡਾ ਫਿਰ ਦਸਤਾਰ ਸਜਾ ਕੇ ਸੋ ਹਨਾ ਜੋ ਵੀ ਆ ਹੁਣ ਸੱਚ ਝੂਠ ਸਾਨੂੰ ਨਹੀਂ ਪਤਾ ਪਰ ਹਾਂ ਇੰਨਾ ਮੈਂ ਕਹਿ ਸਕਦਾ ਆ ਸਟੋਰੀ ਦਾ ਨਹੀਂ ਮੈਨੂੰ ਪਤਾ ਸੱਚਿਆ ਝੂਠ ਇੰਨਾ ਕਹਿ ਸਕਦਾ ਕੁਝ ਰੋਂ ਗਿਆ ਬਾਈ ਦਾ ਹਨਾ ਮੈਂਟਲੀ ਹਨਾ ਹੋ ਜਾਂਦੀਆਂ ਪਰੇਸ਼ਾਨੀਆਂ ਹੁਣ ਆਪਾਂ ਕਹਿ ਨਹੀਂ ਸਕਦੇ ਕਿਹੜੀਆਂ ਪਰੇਸ਼ਾਨੀਆਂ ਹਨਾ ਸੋ ਜੋ ਵੀ ਆ ਹਨਾ ਐਵਰੀਥਿੰਗ ਹੈਪਨ ਫॉर ਰੀਜ਼ਨ ਹਨਾ ਬਾਕੀ ਹੋਰ ਦਿਖਾਉਨੇ ਜੀ ਤੁਹਾਨੂੰ ਦੀਨ ਦੁਨੀਆਦਾਰੀ ਚ ਕੀ ਹੋ ਰਿਹਾ ਆ ਬਾਈ ਜੀ ਹਾਂਜੀ ਤੇ ਬਾਕੀ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰੋ ਇਹਦੇ ਬਾਰੇ ਤੇ ਹਾਂਜੀ ਸ਼ੁਰੂ ਕਰਦੇ ਆ ਤੇ ਬਾਕੀ ਬਾਈ ਜੀ ਦੁਨੀਆ 'ਚ ਬਹੁਤ ਕੁਝ ਚੱਲ ਰਿਹਾ ਤੇ ਤੁਹਾਨੂੰ ਦਿਖਾਉਨੇ ਆ ਜੀ ਇੰਗਲੈਂਡ ਤੋਂ ਬਹੁਤ ਵੀਰ ਭਰਾ ਦੇਖਦੇ ਆ ਇੰਗਲੈਂਡ ਵਾਲੇ ਉਹ ਕਲਿੱਕ ਵੀ ਕਰਦੇ ਕਰੋ ਇੰਗਲੈਂਡ ਤੇ ਤੁਹਾਨੂੰ ਦਿਖਾਉਣਾ ਕਲਿੱਕਾਂ ਹੁੰਦੀਆਂ ਕਿੱਥੋਂ ਹੁੰਦੀਆਂ ਹੀ ਨਹੀਂ ਇੰਗਲੈਂਡ ਦਾ 23 ਸਾਲ ਦਾ ਪ੍ਰਧਾਨ ਮੰਤਰੀ ਬਣਿਆ ਸੀਗਾ ਅੱਜ ਦੇ ਦਿਨ 1783 'ਚ ਬਿਲੀਅਮ ਪੇਟ 23 ਸਾਲ ਦਾ ਪ੍ਰਧਾਨ ਮੰਤਰੀ ਇਹ ਬਣ ਗਿਆ ਸੀਗਾ ਤੇ ਉਸ ਸਮੇਂ ਹੁੰਦਾ ਸੀਗਾ ਯੁਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ ਇਹ 1800 ਮਤਲਬ ਕੁਝ ਮਤਲਬ ਇਹ ਜਿਹੜਾ ਸਾਰਾ ਕੁਝ ਲਿਖਿਆ ਯੁਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ 1808 ਖਰੇ 20 ਦੇ ਗੇਟ 'ਚ ਫਿਰ ਇਹ ਹੋ ਗਿਆ ਸੀ ਅਲੱਗ-ਅਲੱਗ ਹੋ ਗਿਆ ਸੀ ਜੋ ਵੀ ਆ ਸੋ ਇੰਗਲੈਂਡ ਦਾ ਸਭ ਤੋਂ ਘੱਟ ਉਮਰ ਦਾ 23 ਸਾਲ ਦਾ ਪ੍ਰਧਾਨ ਮੰਤਰੀ ਸੀ ਹਾਂਜੀ ਤੇ ਤੁਹਾਨੂੰ ਹੋਰ ਦਿਖਾਉਨੇ ਆ ਜੀ ਤੇ ਬਾਕੀ ਕੈਮਰੇ ਮੋਰੇ ਆਗੇ ਵੀ 2-4 ਤੁਹਾਨੂੰ ਗੱਲਾਂ ਕਰਦੇ ਆਂ ਸਾਂਝੀਆਂ ਬਾਈ ਜੀ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਨੈਵਰ ਟਰਸਟ ਡਾਟ ਐਕਸਪੈਕਟ ਤੇ ਡਾਟ ਟਰਸਟ ਕਿਸੇ ਤੇ ਯਕੀਨ ਨਾ ਕਰੋ ਕਿਸੇ ਤੋਂ ਕੁਝ ਵੀ ਐਕਸਪੈਕਟ ਨਾ ਕਰੋ ਆ ਬੰਦੇ ਨੇ ਬਾਈ ਜੀ ਮੈਕਸੀਕੋ ਦੇ ਨੇ ਕਿਡਨੀ ਦਿੱਤੀ ਕੁੜੀ ਜਿਹਨਾਂ ਪਿਆਰ ਕਰਦਾ ਸੀ ਉਹਦੀ ਮਾਂ ਨੂੰ ਕੁੜੀ ਨੇ ਕੀ ਕੀਤਾ ਆਪਣੀ ਮਾਂ ਦਾ ਇਲਾਜ ਕਰਾਇਆ ਇਹ ਬੰਦੇ ਦੀ ਕਿਡਨੀ ਨਾਲ ਤੇ ਵਿਆਹ ਕਿਸੇ ਹੋਰ ਨਾਲ ਕਰਾ ਲਿਆ ਸੋ ਦੁਨੀਆ ਬਾਈ ਜੀ ਬਹੁਤ ਠੱਗ ਗਿਆ ਕਿਸੇ ਤੇ ਕਦੀ ਵੀ ਯਕੀਨ ਨਾ ਕਰੋ ਹਮੇਸ਼ਾ ਤੁਸੀਂ ਕਦੀ ਧੋਖਾ ਨਹੀਂ ਖਾਓਗੇ ਕਦੀ ਤੁਸੀਂ ਰੋਗ ਨਹੀਂ ਦੋ ਚੀਜ਼ਾਂ ਬਸ ਜ਼ਿੰਦਗੀ 'ਚ ਆਪਣੇ ਮਨ 'ਚ ਵਸਾ ਲਓ ਦਿਮਾਗ 'ਚ ਡਾਟ ਟਰਸਟ ਤੇ ਡਾਟ ਐਕਸਪੈਕਟ ਕਿਸੇ ਤੇ ਯਕੀਨ ਨਹੀਂ ਕਰਨਾ ਤੇ ਕਿਸੇ ਤੋਂ ਕੁਝ ਐਕਸਪੈਕਟ ਨਹੀਂ ਕਰਨਾ ਸੋ ਵਿਚਾਰੇ ਨੇ ਕਿਡਨੀ ਦਿੱਤੀ ਕੁੜੀ ਨੂੰ ਕੁੜੀ ਨੇ ਆਪਣੀ ਮਾਂ ਦਾ ਇਲਾਜ ਕਰਾਇਆ ਤੇ ਵਿਆਹクセ ਹੋਰ ਪੈਸੇ ਵਾਲੇ ਨਾ ਕਰਾ ਲਿਆ ਹਨਾ ਸੋ ਵਾਈਸ ਵਰਸਾਈਚ ਆਪਾਂ ਕੱਲੀਆਂ ਕੁੜੀਆਂ ਨੂੰ ਨਹੀਂ ਦੋਸ਼ ਦੇ ਸਕਦੇ ਮੁੰਡਿਆਂ ਦਾ ਵੀ ਇਦਾਂ ਹੀ ਆ ਸੋ ਆਪਣੀਆਂ ਪੰਜਾਬੀ ਕੁੜੀਆਂ 'ਚ ਇੱਕ ਬਹੁਤ ਭੇਡ ਚਾਲ ਚੱਲੀ ਹੋਆ ਪੀ ਟੈਟੂ ਬਣਾਉਂਦੀਆਂ ਆਪਣੇ ਪਿਆਰਿਆਂ ਦੇ ਨਾਂ ਦੇ ਜਿਨ੍ਹਾਂ ਨਾਲ ਪਿਆਰ ਕਰਦੀਆਂ ਹੁਣ ਇੱਕ ਕੁੜੀ ਆ ਬਾਈ ਜੀ ਭੁੱਲਰਾਂ ਨੂੰ ਟੈਗ ਕਰ ਦਿਓ ਇੱਕ ਕੁੜੀ ਨੇ ਕਿਸੇ ਭੁੱਲਰ ਵੀਰ ਦੇ ਨਾਂ ਦਾ ਟੈਟੂ ਕੀਤਾ ਹਨਾ ਸੋ ਬਾਈ ਹੁਣੀ ਪਿਆਰ ਦੀਆਂ ਪਿੰਗਾ ਚੜਾ ਗਏ ਆਪਣੇ ਨਜ਼ਾਰੇ ਲੈ ਕੇ ਚਲ ਗਏ ਆ ਤੇ ਹੁਣ ਬੀਬੀ ਭੁੱਲਰ ਨੂੰ ਲੁਕਾਉਂਦੀ ਫਿਰਦੀ ਆ ਭੁੱਲਰ ਦਾ ਟੈਟੂ ਇਹਨੇ ਬਣਾਇਆ ਸੀਗਾ ਤੇ ਤੁਹਾਨੂੰ ਦਿਖਾਉਨੇ ਆ ਜੀ ਤੇ ਹੁਣ ਭੁੱਲਰ ਹੁਣੀ ਉੱਡ ਗਏ ਆ ਖੰਭ ਲਾ ਕੇ ਇਦਾਂ ਹੁਣ ਕਵਰ ਅਪ ਕਰਦੀ ਫਿਰਦੀ ਆ ਕਵਰ ਅਪ ਕਰਾਉਣ ਲਈ ਭੁੱਲਰ ਦੀ ਜਗ੍ਹਾ ਤੇ ਹੁਣ ਉੱਥੇ ਇਹ ਪੰਛੀ ਬਣਾਤਾ ਆ ਸੋ ਭਰਾਵੋ ਜਦ ਤੱਕ ਤੁਹਾਡਾ ਵਿਆਹ ਨਹੀਂ ਹੁੰਦਾ ਬਾਲੀਆਂ ਤੁਸੀਂ ਅਮੀ ਮਤਲਬ ਹਨਾ ਭਈ ਚੌੜ ਚੌੜ ਚ ਟੈਟੂ ਬਣਾ ਲੈਨੇ ਆ ਇਦਾਂ ਉਦਾਂ ਕਰਦੇ ਆ ਭਈ ਅਸੀਂ ਬਹੁਤ ਪਿਆਰ ਕਰਦੇ ਆ ਸੋ ਆ ਦੇਖ ਲਓ ਜੀ ਭੁੱਲਰ ਹੁਣੀ ਤਾਂ ਹੁਣ ਪਤਾ ਨਹੀਂ ਕਿੱਥੇ ਚਲੇ ਗਏ ਬਾਈ ਜੀ ਕਰ ਦਿਓ ਟੈਗ ਭੁੱਲਰ ਬਾਈਆਂ ਨੂੰ ਭਈ ਕੌਣ ਵਿਚਾਰੀ ਨੂੰ ਧੋਖਾ ਦੇ ਗਿਆ ਹਾਂਜੀ ਤੇ ਹੋਰ ਦਿਖਾਉਨੇ ਆ ਜੀ ਤੁਹਾਨੂੰ ਤੇ ਬਾਕੀ ਜਿਹੜੇ ਭੀਮਰਾਓ ਜੀ ਨੂੰ ਪਿਆਰ ਕਰਦੇ ਹੋ ਜਰੂਰ ਸ਼ੇਅਰ ਕਰਿਓ ਜੈ ਭੀਮ ਪਹਿਲੀ ਹਾਂਜੀ ਫੇਰ ਦੁਬਾਰਾ ਕਹਤਾਂ ਮੈਂ ਜੈ ਭੀਮ ਪਹਿਲੀ ਭਾਰਤੀ ਫਿਲਮ ਹੋਈ ਆ ਜਿਹੜੇ ਔਸਕਰ ਔਸਕਰ ਸਭ ਨੂੰ ਪਤਾ ਦੁਨੀਆ ਦੇ ਸਭ ਤੋਂ ਵੱਡੇ ਫਿਲਮੀ ਅਵਾਰਡ ਔਸਕਰ ਆ ਹਨਾ ਪਹਿਲੀ ਭਾਰਤੀ ਫਿਲਮ ਹੋਈ ਆ ਜਿਹੜੇ ਔਸਕਰ ਦੇ YouTube ਚੈਨਲ ਤੇ ਪੋਸਟ ਹੋਈ ਆ ਤੁਸੀਂ ਭਾਵੇਂ ਔਸਕਰ ਦਾ YouTube 2 ਮਿਲੀਅਨ ਤੋਂ ਵੱਧੂ ਦੇ ਫੋਲੋਅਰ ਆ 25 ਲੱਖ ਫਾਲੋਅਰ ਆ ਔਸਕਰ ਦੇ YouTube ਤੇ ਜੈ ਭੀਮ ਪਹਿਲੀ ਇੰਡੀਅਨ ਫਿਲਮ ਹੋਈ ਜਿਹੜੀ 2022 ਚ ਔਸਕਰ ਦੇ YouTube ਤੇ ਪੋਸਟ ਕੀਤੀ ਗਈ ਆ ਤੁਸੀਂ ਭਾਵੇਂ ਦੇਖ ਸਕਦੇ ਹੋ ਔਸਕਰ ਦਾ YouTube ਖੋਲ ਕੇ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਪੂਰੇ ਭਾਰਤ ਲਈ ਵੀ ਆ ਪੰਜਾਬੀ ਫਿਲਮਾਂ ਤਾਂ ਛੱਡੋ ਪ੍ਰਭੂ ਪੰਜਾਬੀ ਫਿਲਮਾਂ ਕੋਈ ਫਿਲਮਾਂ ਹੁੰਦੀਆਂ ਆ ਉਹੀ ਐ ਫੁੱਫੜ ਜੀ ਭੂਆ ਜੀ ਮਾਥੜ ਜੀ ਤਾਇਆ ਜੀ ਜੇਠ ਜੀ ਦਦੇਹੋਰ ਜੀ ਹਨਾ ਉਕੀ ਯਾਰ ਉਹੀ ਕਮੇਡੀ ਸੜਿਓ ਜੈ ਡਾਇਲੋਗ ਉਹੀ ਪ੍ਰਾਣੀਆਂ ਉਹੀ ਮੁੰਡੇ ਕੁੜੀ ਦੇ ਵਿਆਹ ਦੀ ਉਹੀ ਹਾਸਾ ਠੇਠਾ ਪੰਜਾਬੀ ਫਿਲਮਾਂ ਦਾ ਭਾਜੀ ਜਿਵੇਂ ਕਹਾਂ ਕਰੋੜਾਂ ਸਾਲ ਪਿੱਛੇ ਆ ਤਾਮਿਲ ਸਿਨੇਮੇ ਤੋਂ ਇਹਨਾਂ ਦੀ ਸੋਚ ਨਾਲੋਂ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਸਾਲ ਪਿੱਛੇ ਆ ਸੋ ਇਹ ਜੀ ਬਾਈ ਜੀ ਬਾਲੀਵੁੱਡ ਨੂੰ ਵੀ ਪਿੱਛੇ ਛੱਡਿਆ ਮਤਲਬ ਹਿੰਦੀ ਫਿਲਮਾਂ ਚੋਂ ਵੀ ਨਹੀਂ ਕੋਈ ਫਿਲਮ ਗਈ ਜੈ ਭੀਮ ਸੋ ਉਧਰਲੀ ਸਾਊਥ ਇੰਡੀਆ ਦੀ ਆ ਵੈਸੇ ਹਿੰਦੀ ਚ ਵੀ ਮੈਂ ਇਹਦੇ ਬਾਰੇ ਕਿਹਾ ਵੀ ਸੀ ਜ਼ਰੂਰ ਦੇਖਿਓ ਬਾਈ ਜੀ ਮਸਟ ਵਾਚ ਹੈ ਜਿਨੇ ਇਹ ਫਿਲਮ ਨਹੀਂ ਦੇਖੀ ਉਹਨੇ ਫਿਰ ਜ਼ਿੰਦਗੀ ਚ ਕੁਛ ਦੇਖਿਆ ਹੀ ਨਹੀਂਗਾ ਜੈ ਭੀਮ ਹਿੰਦੀ ਚ ਆ ਦੇਖਿਓ ਮੜ ਜਾ ਪਹਿਲੀ ਫਿਲਮ ਆ ਭਾਈ ਪੂਰੇ ਭਾਰਤ ਦੀ ਜਿਹੜੀ ਔਸਕਰ ਦੇ YouTube ਚੈਨਲ ਤੇ ਹੋਈ ਆ 2022 ਚ ਹਾਂਜੀ ਤੇ ਹੋਰ ਦਿਖਾਉਣੇ ਅੱਜ ਦੇ ਦਿਨ ਤਿੰਨ ਰਾਉਂਡ ਟੇਬਲ ਕਾਨਫਰੰਸ ਹੋਈਆਂ ਸੀਗੀਆਂ ਸੋ ਸਾਰੇ ਆਪਣੇ ਆਪਣੇ ਹੱਕ ਲੈਣ ਗਏ ਸੀਗੇ ਗੋਰਿਆਂ ਕੋਲੋਂ ਹਨਾ ਸੋ ਭੀਮਰਾਓ ਜੀ ਨੇ ਆਪਣੇ ਭੀਮਰਾਓ ਜੀ ਬੈਠਿਆ ਭੀਮਰਾਓ ਜੀ ਨੇ ਆਪਣੀ ਕਮਿਊਨਿਟੀ ਲਈ ਹੱਕ ਲੈ ਕੇ ਦਿੱਤੇ ਇਸ ਵਿੱਚ ਕੋਈ ਹਨਾ ਇਸ ਵਿੱਚ ਕੋਈ ਸ਼ੱਕ ਨਹੀਂ ਕੋਈ ਸ਼ਿਕਵਾ ਨਹੀਂ ਦੇਖੋ ਗਾਂਧੀ ਵੀ ਬੈਠਾ ਆ ਹਨਾ ਸਾਰੇ ਆਪਣੀ ਆਪਣੀਆਂ ਕਮਿਊਨਿਟੀਆਂ ਦੇ ਤਿੰਨ ਰਾਉਂਡ ਟੇਬਲ ਕਾਨਫਰੰਸ ਹੋਈਆਂ ਸੀ ਜਿਹੜੀ ਪਹਿਲੀ ਆ ਅੱਜ ਦੇ ਦਿਨ ਨਵੰਬਰ 30 ਚ ਸ਼ੁਰੂ ਹੋ ਕੇ ਅੱਜ ਦੇ ਦਿਨ 31 ਚ ਖਤਮ ਹੋਈ ਸੀ ਸੋ ਸਾਰੀਆਂ ਕਮਿਊਨਿਟੀਆਂ ਦੇ ਬੰਦੇ ਸਿੱਖਾਂ ਦੇ ਕੌਣ ਸੀ ਉਹ ਵੀ ਦਿਖਾਉਣਾ ਸੋ ਇਹ ਭੀਮਰਾਓ ਜੀ ਆ ਹਨਾ ਸੋ ਇਹਨਾਂ ਨੇ ਆਪਣੀ ਕਮਿਊਨਿਟੀ ਨੂੰ ਹੱਕ ਲੈ ਕੇ ਦਿੱਤੇ ਵਿੱਚ ਕੋਈ ਸ਼ੱਕ ਨਹੀਂ ਸ਼ਿਕਵਾ ਨਹੀਂ ਸੋ ਭੀਮਰਾਓ ਜੀ ਨੂੰ ਪਿਆਰ ਕਰਨ ਵਾਲੇ ਇਹ ਵੀਡੀਓ ਜ਼ਰੂਰ ਆਪਣੇ ਗਰੁੱਪਾਂ 'ਚ ਸਾਰੇ ਪਾਸੇ ਸ਼ੇਅਰ ਕਰਿਓ ਤੇ ਬਾਕੀ ਉਹ ਗਾਂਧੀ ਵੀ ਬੈਠਾ ਦੇਖ ਲਓ ਹੈ ਤੇ ਹੁਣ ਦਿਖਾਉਨੇ ਆ ਕੌਣ ਕੀ ਦੇ ਲੋਂ ਗਿਆ ਸੀਗਾ ਹੁਣ ਦੇਖ ਸਕਦੇ ਆ ਤੇ ਸਾਰਾ ਲਿਖਿਆ ਆ ਹਨਾ ਭਈ ਹਿੰਦੂ ਭਾਈਚਾਰੇ ਵਾਲੋ ਕੌਣ ਸੀ ਲਿਬਰਲ ਕੌਣ ਸੀ ਡਿਪਰੈਸਡ ਕਲਾਸ ਚ ਬੀ ਆਰ ਅੰਬੇਦਕਰ ਜੀ ਹਨਾ ਤੇ ਸਿੱਖਾਂ ਚ ਸੁਦਾ ਸਰਦਾਰ ਉੱਜਲ ਸਿੰਘ ਤੇ ਸੰਪੂਰਨ ਸਿੰਘ ਇਹ ਕੌਣ ਸੀ ਇਹਨਾਂ ਦਾ ਵੀ ਪੜ ਕੇ ਆਪਾਂ ਫਿਰ ਦੱਸਾਂਗੇ ਹਨਾ ਉੱਜਲ ਸਿੰਘ ਕੌਣ ਸੀ ਸੰਪੂਰਨ ਸਿੰਘ ਕੌਣ ਸੀ ਇਹ ਰਾਉਂਡ ਟੇਬਲ ਕਾਨਫਰੰਸ ਹੋਈਆਂ ਕਿ ਸੀ ਇਹਨਾਂ ਦਾ ਕੀ ਫਾਇਦਾ ਕੀ ਨੁਕਸਾਨ ਸੀ ਇੱਕ ਨਹੀਂ ਦੋ ਨਹੀਂ ਤਿੰਨ ਕਿਉਂ ਹੋਈਆਂ ਸੀ ਹਨਾ ਸੋ ਇਹ ਬਹੁਤ ਵਧੀਆ ਆ ਇਹਦੇ ਬਾਰੇ ਪੜਨ ਵਾਲਾ ਆ ਸੋ ਦੱਸਾਂਗੇ ਜੀ ਪੜ ਕੇ ਇਹਦੀ ਸਟੱਡੀ ਕਰਕੇ ਤੇ ਬਾਕੀ ਭਰਾਵੋ ਬਾਦਲ ਦਾ ਮੰਤਰ ਫੇਰ ਮਾਰਦੀ ਏ ਪੂਰਾ ਦੱਸਿਓ ਮੜ ਜੇ ਆ ਫੇਰ ਪੂਰਾ ਕਰਦੀ ਏ ਤੇ ਹਾਂਜੀ ਗਾਂ ਨੂੰ ਇੱਕ ਹੋਰ ਚੀਜ਼ ਦਿਖਾਉਣਾ ਮੈਂ ਕੀ ਪਿੱਟ ਦਾ ਰਹਿਣਾ ਪਿੱਟ ਦਾ ਹੀ ਆ ਭਰਾਵੋ ਆ ਤੁਹਾਨੂੰ ਦਿਖਾਉਣਾ ਇਹ ਆ ਦੇਖੋ ਹੁਣ ਇੰਡੀਆ ਇੰਡੀਆ ਜੀ ਸਭ ਤੋਂ ਵੱਧ ਆਪਣੀਆਂ ਵੀਡੀਓ ਦੇਖੀਆਂ ਜਾਂਦੀਆਂ ਸੋ ਇੰਡੀਆ ਤੋਂ ਜਿਨ੍ਹਾਂ ਨੇ ਕਲਿੱਕਾਂ ਕੀਤੀਆਂ ਸੀਗੀਆਂ ਤੁਹਾਨੂੰ ਦਿਖਾਉਣਾ 13 ਡਾਲਰ ਬਣੇ ਸੀ ਕੈਨੇਡਾ ਦੂਏ ਨੰਬਰ ਤੇ 7 ਡਾਲਰ ਯੂਏ 7 ਡਾਲਰ ਫ ਇੰਗਲੈਂਡ ਇਟਲੀ ਜਰਮਨ ਅਮਰੀਕਾ ਤੁਸੀਂ ਇਹ ਦੇਖ ਲਓ ਡਾਲਰ ਕਿੰਨੇ ਕਿੰਨੇ ਬਣਦੇ ਆ ਮੇਰੇ ਆ ਤੁਹਾਡੇ ਸਾਹਮਣੇ ਮੈਂ ਐਵੇਂ ਨਹੀਂ ਪਿੱਟਦਾ ਰਹਿਣਾ ਭਰਾਵੋ ਭਈ 13 20 27 ਮਤਲਬ 40 ਡਾਲਰ ਵੀ ਨਹੀਂ ਬਣਦੇ ਮਤਲਬ 30 ਹੈਨਾ ਸੋ 1000 ਡਾਲਰ ਬਣਦਾ ਮੇਰਾ ਮਹੀਨੇ ਦਾ ਕਲਿਕਾਂ ਤੋਂ ਸੋ ਸੱਚ ਮਤਲਬ 500 ਤਾਂ ਮੇਰਾ ਬੇਸਮੈਂਟ ਦਾ ਕਿਰਾਇਆ 5 600 ਹੁਣ ਰੇਡੀਓ ਤੇ ਚਲਾਉ ਦਾ ਮੇਰਾ ਤਾਂ ਉਹੀ ਨਹੀਂ ਖਰਚੇ ਪੂਰੇ ਹੁੰਦੇ ਕੀ ਕਰੂ ਬੰਦਾ ਹੈਨਾ ਆ ਤੁਹਾਡੇ ਸਾਹਮਣੇ ਆ ਸਾਰੇ ਦੇਸ਼ਾਂ ਦਾ ਤੇ ਤੁਹਾਨੂੰ ਦਿਖਾ ਵੀ ਦਿੰਦਾ ਕਿੰਨੀਆਂ ਕਲਿਕਾਂ ਦੇ ਕਿੰਨੇ ਬਣਦੇ ਆਂਡੀਆਂ ਦੇ 13 ਡਾਲਰ ਲਿਖਿਓ ਹੈਨਾ ਸਾਰੇ ਦੇਸ਼ਾਂ ਦੇ ਨਾਮ ਅੜ ਜਾ ਦੇਖ ਲਓ ਧਿਆਨ ਨਾਲ ਤੇ ਤੁਹਾਨੂੰ ਕਲਿਕਾਂ ਦਸਾਉਣਾ ਹੋਣੀ ਨਾ ਹੁੰਦੀਆਂ ਆ ਲਓ 13 ਡਾਲਰ 1500 ਬੰਦਾ ਗਿਆ ਸੀਗਾ ਕਲਿੱਕ ਕਰਨ ਵਿੱਚੋਂ ਅੱਧਿਆਂ ਨੇ ਕੀਤੀ 836 ਸੋ ਦੇਖ ਸਕਦੇ ਆ ਬਾਕੀ ਹੋਰਾਂ ਦੇ ਵੀ ਹਨਾ ਬਾਕੀ ਦੇਸ਼ਾਂ ਦੇ ਕੈਨੇਡਾ ਚੋਂ 25 ਬੰਦੇ ਨੇ ਕਲਿੱਕਾਂ ਕੀਤੀਆਂ ਸਾਰੀ-ਸਾਰੀ ਜਿੱਥੇ ਮਰਜੀ ਜਲਜਮਾ ਭਾਜੀ ਬਹੁਤ ਵਧੀਆ ਹੁੰਦੀਆਂ ਵੀਡੀਓ ਦੇਖੀ ਦੀਆਂ ਦੇਖੀ ਦੀਆਂ ਭਰਾਵੋ ਦਾਨ ਵੇਲੇ ਤੁਸੀਂ ਸਾਰੀ-ਸਾਰੀ ਨੇ ਹਸਪਤਾਲ ਨੂੰ ਨਾਂ ਆਪਣਾ ਚਮਕਾਉਣ ਦੇ ਮਾਰਿਆ ਨੇ ਹਸਪਤਾਲ ਚ ਮਤਲਬ 4-500 ਪੰਜਾਬੀ ਕੁੜੀ ਅੱਗੇ ਆ ਗਈ ਵੀ ਸਾਡੇ ਜਿਹੜੀ ਮਤਲਬ ਵੀ ਪ੍ਰੈਗਨੈਂਟ ਸੀ ਵੀ ਨਿਆਣੇ ਹਸਪਤਾਲ ਦੇ ਬਾਹਰ ਹੀ ਹੋਏ ਆ ਮਤਲਬ ਹਨਾ ਸੋ ਆਪਾਂ ਇਹ ਕਹਿੰਨੇ ਆ ਆਪਾਂ ਜੀ ਤਰ ਉਧਰ ਜਾ ਕੇ ਗੱਲ ਕਰਦਾ ਥੋੜਾ ਆ ਦੇਖ ਲਓ ਭਰਾਵੋ ਆ ਆ ਜੀ ਮੇਰੀ ਕਮਾਈ ਇੰਨੀਆਂ ਕਲਿਕਾਂ ਹੁੰਦੀਆਂ ਇਹਨਾਂ ਦੇਖਾਂ ਤੋਂ ਕੀ ਕਰੂ ਬੰਦਾ ਪੰਜਾਬੀ ਭਾਈ ਜਾਰੂ ਨੂੰ ਪਤਾ ਕੀ ਆ ਆਪਾਂ ਕਹਿੰਨੇ ਆਪਾਂ ਦਾਨ ਦੇਤਾ ਹੁਣ ਬਾਕੀ ਜਿੱਥੇ ਮਰਜੀ ਠੱਠੇ ਖੂਜ ਜਾਣ ਪੈਸੇ ਉਹੀ ਗੱਲ ਆ ਇੱਥੇ ਭਾਈ ਜੀ ਹਰੇਕ ਸਾਲ ਉਸ ਹਸਪਤਾਲ ਨੂੰ ਹਜ਼ਾਰਾਂ ਨਹੀਂ ਲੱਖਾਂ ਕਰੋੜਾ ਰੁਪਏ ਜਿਵੇਂ ਕਹਾਂ ਮਿਲੀਅਨ ਡਾਲਰ ਕਰੋੜਾ ਰੁਪਏ ਦਾਨ ਹੁੰਦਿੱਤੇ ਜਾਂਦੇ ਆ ਸਰੀ ਜੀ ਕੋਈ ਹਸਪਤਾਲ ਆ ਵਾਦੀ ਦਿਨੋ ਦਿਨ ਵੱਧ ਰਹੀ ਆ ਮਤਲਬ 4-5 ਲੱਖ 7 ਲੱਖ ਬੰਦਾ ਹੋਰ ਮਤਲਬ 2-3 ਲੱਖ ਬੰਦਾ ਹੋਰ ਵੱਧ ਗਿਆ ਹਸਪਤਾਲ ਉਹੀ ਆ ਤੇ ਵਧੀ ਵੀ ਜਾਣਾ ਸਭ ਤੋਂ ਵੱਧ ਵਾਦੀ ਸਰੀ ਦੀ ਵੱਧ ਰਹੀ ਆ ਤੇ ਆਪਾਂ ਨੇ ਲੋਕ ਆ ਜੀ ਉਹੀ ਟੈਲੀਫੋਨ ਤੇ ਰੇਡੀਓ ਚ ਨਾ ਸੁਣਨ ਦੇ ਮਾਰੇ ਬੋਲਤਾ ਵੀ ਇੰਨਾ ਚਲੋ ਦੇ ਵੀ ਦਿੱਤੇ ਤੇ ਹੁਣ ਆਪਾਂ ਕੀ ਆਪਾਂ ਜੀ ਦਾਨ ਦੇ ਤਾ ਜਿੱਥੇ ਮਰਜੀ ਲੱਗਣ ਨਾ ਲੱਗਣ ਆਪਾਂ ਰੱਬ ਮੋਰੇ ਚੰਗੇ ਹੋ ਗਏ ਆ ਹਨਾ ਭਈ ਮਤਲਬ ਮਤਲਬ ਉੱਥੇ ਪੁੱਛਦਾ ਹਸਪਤਾਲ ਚ ਕੋਈ ਕਿਸੇ ਨੂੰ ਹੈ ਨਹੀਂਗਾ ਇੱਕ ਔਰਤ ਮੋਰੇ ਆਈ ਵੀ ਵਿਚਾਰੀ ਨੂੰ ਤਿੰਨ ਵਾਰੀ ਮੋੜਿਆ ਚੌਥੀ ਵਾਰੀ ਨਿਆਣਾ ਹਸਪਤਾਲ ਦੇ ਬਾਹਰ ਹੀ ਉੱਥੇ ਡਿਲੀਵਰ ਕਰਤਾ ਇਹ ਕੈਨੇਡਾ ਦਾ ਹਾਲ ਆ ਸੱਚੀ ਗੱਲ ਆ ਹੁਣ ਸੈਂਕੜੇ ਔਰਤਾਂ ਫੋਰ ਮੋਰੇ ਆ ਗਈਆਂ ਵੀ ਬਾਈ ਜੀ ਸਾਡਨਾ ਵੀ ਇਦਾਂ ਹੀ ਹੋਇਆ ਹਨਾ ਸੋ ਆਪਣੇ ਲੋਕਾਂ ਨੇ ਤਾਂ ਕਰੋੜਾਂ ਰੁਪਏ দান ਦੇ ਦਿੱਤੇ ਹੁਣ ਪੁੱਛਣ ਵਾਲਾ ਤਾਂ ਹੋਵੇ ਕੋਈ ਵੀ ਬਾਈ ਜੀ ਉਹ ਪੈਸੇ ਕਿੱਥੇ ਲੱਗੇ ਸਾਡੇ ਭਾਈਚਾਰੇ ਨਾਲ ਇਦਾਂ ਬਿਤਕਰਾ ਕਿਉਂ ਹੋ ਰਿਹਾ ਸਾਡੇ ਭਾਈਚਾਰੇ ਨਾਲ ਕਿਉਂ ਸਭ ਨਾਲ ਇਦਾਂ ਕਿਉਂ ਹੋ ਰਿਹਾ ਆ ਸੋ ਇੱਥੇ ਬਾਈ ਜੀ ਸਭ ਤੋਂ ਵੱਡੀ ਭੁੱਖ ਆ ਕੈਨੇਡਾ ਚ ਨਾ ਦੀ ਭੁੱਖ ਨਾ ਬਸ ਸਾਡਾ ਨਾ ਆ ਜਵੇ ਸਾਹਮਣੇ ਬਾਕੀ ਜੇ ਦੇਖੀ ਜਾਓ ਓਕੇ ਜੀ ਮਿਲਦੇ ਹਾਂ ਰੇਡੀਓ ਤੇ ਹੁਣ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੇ ਬਾਦਲ ਦਾ ਫੇਰ ਮੰਤਰ ਜੇ ਚਾਹੋਨੇ ਆ ਪੂਰਾ ਕਰ ਦਈਏ ਜਿਸ ਜਿਸ ਲਿਖਿਓ ਕਰ ਦਿੰਨੇ ਆ ਫਿਰ ਓਕੇ ਮਿਲਦੇ ਆ ਰੇਡੀਓ ਤੇ ਸਾਰਿਆਂ ਸੱਸ਼ਰੀ ਗਾਲ ਭੇਡਾਂ ਨਾਲ ਅੰਦੀ ਇਸ ਵਾਰ ਉਹ ਕਲਿੱਕ ਕਰ ਦਿਆ ਕਰੋ ਭਰਾਵੋ ਕਲਿੱਕ ਕਰ ਦਿਆ ਕਰੋ ਕਲਿੱਕ ਕਰ ਦਿਆ ਕਰੋ ਕਲਿੱਕ ਕਰ ਦਿਆ ਕਰੋ ਨਹੀਂ ਮੈਨੂੰ ਵੀ ਕੋਈ ਠੱਗੀ ਠੁੱਕੀ ਮਾਰਨੀ ਨਹੀਂ ਪੈਣੀ ਐ ਇਦਾਂ ਨਹੀਂ ਸਕਦਾ ਅਲੋ ਕਿੰਨਾ ਕੰਮ ਐ ਯਾਰ ਤੇ ਬਾਕੀ ਮੈਸੇਜਾਂ 'ਚ ਦੱਸਿਓ 2-300 ਡਾਲਰ ਤਾਂ ਮੈਂ ਹੋਰ ਖਰਚ ਤਾ ਸਾਈਟ ਠੀਕ ਕਰਾਤੀ ਆ ਸਾਰੀ ਵੀਡੀਓ ਤੇ ਲਿੰਕ ਪਾਇਆ ਹੁੰਦਾ ਨਹੀਂ ਖੁੱਲਦਾ ਤੇ ਆਪ ਆਂਦੀ radio.si ਸਰਚ ਕਰਕੇ ਇੱਕ ਸਿਰੇ ਤੇ ਐਡ ਆਉਣੀ ਆ ਇਹ ਕੰਮਰੇ ਸਿਰੇ ਤੇ ਹਨਾ ਸੋ ਬਾਈ ਜੀ ਮੈਸੇਜ ਕਰ ਦਿਓ ਮੜ ਗਿਆ ਸਾਈਟ ਠੀਕ ਹੋ ਗਈ ਆ ਦੱਸਿਓ ਹਨਾ ਜੇ ਨਹੀਂ ਵੀ ਹੋਈ ਤਾਂ ਵੀ ਜੋ ਵੀ ਮੈਨੂੰ ਦੱਸੋ ਪਲੀਜ਼ ਮੈਸੇਜ ਕਰਕੇ ਵੀ ਵਾਰਨਿੰਗ ਲਿਖੀ ਹੋਣੋਂ ਫਟ ਗਈ ਆ ਮੈਸੇਜ ਜ਼ਰੂਰ ਕਰਿਓ ੜੀਕਦਾ ਤੁਹਾਡੇ ਮੈਸੇਜ ਓਕੇ ਜੀ ਤੇ ਮਿਲਦੇ ਆ ਫੇਰ ਰੇਡੀਓ ਤੇ ਤੇ ਕਰਦੇ ਆ ਗੱਲਾਂ ਬਾਤਾਂ 30 ਮਿੰਟ ਤੱਕ ਤੇ ਮੈਸੇਜ ਜ਼ਰੂਰ ਕਰਿਓ ਜੀ ਵਾਰਨਿੰਗ ਜੀ ਉਹ ਠੀਕ ਹੋ ਗਈ ਆ ਕੋਈ ਹੋਰ ਸਾਈਟ ਖੋਲਦੀ ਸੀ ਉਹ ਠੀਕ ਹੋ ਗਈ ਤੁਹਾਡੇ ਮੈਸੇਜ ਦੇਖਦਾ ਬਾਈ ਜੀ 2-300 ਡਾਲਰ ਹੋਰ ਲੱਗ ਗਿਆ ਐਂਟੀਵਾਇਰਸ ਕਈ ਕੁਸ਼ ਕੀਤਾ ਸੁਰ ਕੁਐਸਚਨ ਮੈਸੇਜ ਕਰਦੇ ਹੋ ਓਪਨ ਹੁੰਦੀ ਜਾਂ ਨਹੀਂ ਵੈਬਸਾਈਟ ਹੈਨਾ ਸਾਰਿਆਂ ਸੱਸ਼੍ਰੀਕਾਲ ਭੇਡਾਂ ਨਾਲ ਹਿੰਦੀ ਸਵਾਲ ਮਿਲਦੇ ਆ ਫਿਰ ਰੇਡੀਓ ਤੇ ਗੱਲਾਂ ਬਾਤਾਂ ਕਰਦੇ ਆ ਲਿੰਕ ਕਲਿੱਕ ਕਰਦੇ ਹੋ ਭਰਾਵੋ ਕਲਿੱਕ ਕਰਦੇ ਹੋ ਕਲਿੱਕ ਕਰਦੇ ਹੋ ਕਲਿੱਕ ਕਰਦੇ ਹੋ ਓਕੇ ਮਿਲਦੇ ਆ ਰੇਡੀਓ ਤੇ ਚੱਲਾਂ ਸ਼ੁਕਰੀਆ ਕਲਿੱਕ ਕਰਦੇ ਹੋ ਜ਼ਰੂਰ ਤੇ ਵੀਡੀਓ ਵੀ ਸ਼ੇਅਰ